ਪ੍ਰਿੰਸੀਪਲ ਸਰਵੰਤ ਸਿੰਘ ਦੀ ਪੁਸਤਕ ਪੰਜਾਬ ਦੇ ਕੋਹਿਨੂਰ ਦੂਜਾ ਭਾਗ ਦਾ ਸ਼ਬਦ ਚਿੱਤਰ ਸਦਾ ਬਹਾਰ ਸਾਹਿਤਕਾਰ ਦਾ ਅਗਲਾ ਭਾਗ ਸੰਧੂਆਂ ਦੇ ਸਰਹਾਲੇ ਖੇਤਰ ਚ 22 ਪਿੰਡ ਹਨ ਜਿਨ੍ਹਾਂ ਨੂੰ ਸੰਧੂਆਂ ਦਾ ਬਾਈਆ ਕਿਹਾ ਜਾਂਦਾ ਹੈ ਸੰਧੂਆਂ ਦੇ 17 ਪਿੰਡ ਪਕਨੇ ਦੇ ਇਲਾਕੇ ਚ ਹਨ ਲਾਹੌਰ ਲਾਗੇ ਸੰਧੂਆਂ ਦੇ 12 ਪਿੰਡ ਸਨ ਹੁਣ ਸੰਧੂ ਪੰਜਾਬ ਹਰਿਆਣਾ ਗੰਗਾ ਨਗਰ ਗੱਲ ਕੀ ਸਾਰੇ ਇਲਾਕਿਆਂ ਚ ਮੌਜੂਦ ਹਨ ਇੱਕ ਦੰਦ ਕਥਾ ਅਨੁਸਾਰ ਕਾਲੇ ਮਹਿਰ ਤੇ ਪੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਪੱਟੀਆਂ ਨੇ ਕਾਲੇ ਮਹਿਰ ਤੇ ਰਸੋਈਏ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਮਲ ਕਰ ਲਿਆ। ਉਹਨੇ ਕਾਲੇ ਮਹਿਰ ਨੂੰ ਖਾਣੇ 'ਚ ਨਸ਼ੀਲੀ ਸ਼ਹਿ ਦੇ ਦਿੱਤੀ। ਕਾਲਾ ਮਹਿਰ ਖਾਣਾ ਖਾ ਕੇ ਸੌਂ ਗਿਆ ਉਹਨੂੰ ਸੁੱਤਾ ਸਮਝ ਕੇ ਪੱਟੀ ਮਾਰਨ ਆਏ। ਉਹਦੀਆਂ ਅੱਖਾਂ ਖੁੱਲੀਆਂ ਸਨ। ਉਹਨੂੰ ਜਾਗਦਾ ਸਮਝ ਕੇ ਮੁੜ ਗਏ ਤੇ ਕਾਲਾ ਮਹਿਰ ਬਚ ਗਿਆ। ਉਤੋਂ ਵਿਸ਼ਵਾਸ ਬਣ ਗਿਆ ਕਿ ਸੰਧੂਆਂ ਦੀਆਂ ਸੁੱਤਿਆਂ ਵੀ ਅੱਖਾਂ ਖੁੱਲੀਆਂ ਰਹਿੰਦੀਆਂ ਹਨ। ਸੁੱਤਿਆਂ ਅੱਖਾਂ ਖੁੱਲੀਆਂ ਰਹਿਣ ਦੀ ਗੱਲ ਭਾਵੇਂ ਸੱਚ ਹੋਵੇ ਭਾਵੇਂ ਝੂਠ ਭਰੇ ਸੱਚ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੀਆਂ ਅੱਖਾਂ ਬਹੁਤੀ ਦਿਨ ਜਾਗਦੀਆਂ ਨਹੀਂ ਰਹਿ ਸਕਦੀਆਂ ਉਹ ਕਿਸੇ ਵੀ ਥਾਂ ਵੇਲੇ ਇੱਕ ਵੇਲੇ ਸੌਂ ਜਾਣ ਦਾ ਆਦੀ ਹੈ ਮੰਜੇ ਉੱਤੇ ਤਾਂ ਹਰ ਕੋਈ ਸੌਂਦਾ ਹੈ ਉਹ ਕੁਰਸੀ ਮੇਜ਼ ਵੱਟ ਬੰਨੇ ਇੱਥੋਂ ਤੱਕ ਕਿ ਕਾਰ ਚਲਾਉਂਦਾ ਵੀ ਠੌਂਕਾ ਲਾ ਲੈਂਦਾ ਇੰਨਾ ਸ਼ੁਕਰ ਹੈ ਕਿ ਸੁੱਤੇਆਂ ਕੋਈ ਵੱਡਾ ਹਾਦਸਾ ਨਹੀਂ ਕੀਤਾ ਅੱਖ ਮਿਚਦਿਆਂ ਹੀ ਉਹ ਕਾਰ ਸੜਕ ਤੋਂ ਲਾ ਲੈਂਦਾ ਤੇ ਸੀਟ ਉੱਤੇ ਟੇਡਾ ਹੋ ਕੇ ਨੀਂਦ ਲਾ ਲੈਂਦਾ ਬਾਬਾ ਸੋਨ ਸਿੰਘ ਭਗਨਾ ਭਵਨ ਚ ਦੇਸ਼ ਸੇਵਕ ਅਖਬਾਰ ਦੀ ਐਡੀਟਰੀ ਕਰਦਾ ਅਕਸਰ ਉਹ ਛੱਤ ਉੱਤੇ ਜਾ ਸੌਂਦਾ ਸੀ ਸਟਾਫ ਦੇ ਬਾਣੇ ਉਹ ਵਾਸ਼ਰੂਮ ਗਿਆ ਹੁੰਦਾ ਸੀ ਤੇ ਇੱਕ ਵਾਰ ਹਰਕਿਸ਼ਨ ਸਿੰਘ surjit ਦੇਸ਼ ਸੇਵਕ ਦੇ ਦਫਤਰ ਆਇਆ ਤਾਂ ਸੰਧੂ ਲੱਭੇ ਨਾ ਕੰਮ ਬਹੁਤ ਜ਼ਰੂਰੀ ਸੀ ਜਨਰਲ ਮੈਨੇਜਰ ਨੂੰ ਲੈ ਕੇ ਲੱਭਦੇ ਲਿਭਾਉਂਦੇ ਛੱਤ ਤੇ ਚੜ੍ਹੇ ਤਾਂ ਉੱਤੋਂ ਪੇਸ਼ ਤੀਰੀਆਂ ਜੋੜ ਕੇ ਬਣਾਏ ਪਲੰਗ ਤੇ ਘੁਰਾੜੇ ਮਾਰਦਾ ਦਿੱਸਿਆ ਉਹ ਦੱਸਦਾ ਕਿਉਂ ਨਹੀਂ ਜਿੱਥੇ ਵੀ ਨੌਕਰੀ ਕੀਤੀ ਸੌਣ ਦਾ ਪ੍ਰਬੰਧ ਪਹਿਲਾਂ ਕੀਤਾ ਭਾਵੇਂ ਸ਼ਤੀਰੀਆਂ ਜੋੜ ਕੇ ਹੀ ਕੀਤਾ ਗੁਲਜ਼ਾਰ ਸਿੰਘ ਸੰਧੂ ਤੇ ਸੁਰਜੀਤ ਪੰਨੂ ਕਾਫੀ ਦੇਰ ਤੋਂ ਦਿੱਲੀ 'ਚ ਨੌਕਰੀ ਕਰਦੇ ਸੀ ਪਰ ਆਪਸ ਵਿੱਚ ਕਦੇ ਮਿਲੇ ਗਿਲੇ ਨਹੀਂ ਸੀ ਦਿੱਲੀ 'ਚ ਇੱਕ ਜੱਟ ਸਿੱਖ ਸਭਾ ਹੁੰਦੀ ਸੀ ਜੋ ਕਦੇ-ਕਦੇ ਪਿਕਨਿਕ ਵਰਗਾ ਸਮਾਗਮ ਕਰਦੀ ਉਹਦੇ ਵਿੱਚ ਵੀ ਉਹਨਾਂ ਦਾ ਮੇਲ ਨਾ ਹੋਇਆ ਜਦਕਿ ਉਹ ਸਮਾਗਮ ਹੁੰਦਾ ਹੀ ਮੇਲ-ਗੇਲ ਲਈ ਸੀ ਉਹਨਾਂ ਦਾ ਪਹਿਲਾ ਮੇਲ ਅਮਰਤਾ ਪ੍ਰੀਤਮ ਦੇ ਘਰ ਹੋਇਆ ਡਾਕਟਰ ਪੰਨੂ ਨੇ ਅਮਰਤਾ ਅਮਰਤਾ ਪ੍ਰੀਤਮ ਦੇ ਘਰ ਦਾ ਕੁਝ ਹਿੱਸਾ ਆਪਣੇ ਦਫ਼ਤਰ ਲਈ ਕਿਰਾਏ ਤੇ ਲੈਣਾ ਸੀ। ਵਿਚੋਲਾ ਸੀ ਬ੍ਰਿਜੇਸ਼ ਪਾਟਿਆ ਜੋ ਡਾਕਟਰ ਪੰਨੂ ਦਾ ਮਾਤ-ਹਿੱਤੇ ਸੰਧੂ ਦਾ ਦੋਸਤ ਸੀ। ਸੰਧੂ ਨੇ ਆਪਣੀ ਕਿਤਾਬ ਹੁਸਨ ਦੇਹਾਣੀ ਬ੍ਰਿਜੇਸ਼ ਨੂੰ ਦਿੱਤੀ ਸੀ ਪਰ ਉਹ ਪੰਜਾਬੀ ਪੜ੍ਹਨੀ ਨਹੀਂ ਸੀ ਜਾਣਦਾ। ਉਸਨੇ ਉਹੀ ਕਿਤਾਬ ਆਪਣੇ ਬੌਸ ਡਾਕਟਰ ਪੰਨੂ ਨੂੰ ਦਿੱਤੀ ਜੋ ਨੇ ਪੜ੍ਹ ਲਈ ਹੋਈ ਸੀ। ਅਸਲ 'ਚ ਕਹਾਣੀਆਂ ਦੀ ਉਹੀ ਕਿਤਾਬ ਖਾਸ ਕਰਕੇ ਕਹਾਣੀ ਹੁਸਨ ਦੇਹਾਣੀ ਸੰਧੂ ਨੇ ਸੰਧੂ ਤੇ ਪੰਨੂ ਵਿਚਕਾਰ ਵਿਆਹ ਦੀ ਵਿਚੋਲਣ ਬਣੀ। ਸੰਧੂ ਆਪਣੀ ਸਾਹਿਤਿਕ ਸਵੈ ਜੀਵਨੀ ਚ ਲਿਖਦਾ ਹੈ 1965 ਦੀ ਜੰਗ ਮੇਰੇ ਜੀਵਨ ਚ ਬੜਾ ਮਹੱਤਵ ਰੱਖਦੀ ਹੈ ਇਹਦਾ ਸਬੰਧ ਮੇਰੇ ਜੀਵਨ ਦੀ ਗਤੀ ਨਾਲ ਹੀ ਨਹੀਂ ਮੇਰੇ ਰਚਨਾਾਂ ਦੀ ਗਤੀ ਨਾਲ ਵੀ ਹੈ ਮੈਂ ਵਾਰਿਸ ਸ਼ਾਹ ਦੀ ਉਸ ਕਥਨ ਦਾ ਧਾਰਨੀਆਂ ਜਿਸ ਤੋਂ ਮੰਨ ਕੇ ਚੱਲਦਾ ਕਿ ਅੱਖੀਂ ਵੇਖਿਆ ਬਾਝ ਪ੍ਰੀਤ ਨਹੀਂ ਜਿਵੇਂ ਬਿਨਾਂ ਯਕੀਨ ਇਤਬਾਰ ਨਹੀਂ 1965 ਦੀ ਜੰਗ ਨੇ ਮੇਰੇ ਮਨ ਚ ਇਹ ਤੁਕ ਤੁਕੀ ਪੈਦਾ ਕਰਤੀ ਕਿ ਕਿਸੇ ਹਿੱਲੇ ਪਾਕਿਸਤਾਨ ਦੇ ਉਹ ਪਿੰਡ ਵੇਖਣੇ ਚਾਹੀਦੇ ਹੈ ਜਿਹੜੇ ਭਾਰਤੀ ਫੌਜਾਂ ਨੇ ਆਪਣੇ ਕਬਜ਼ੇ 'ਚ ਕਰ ਲਈ ਸੀ ਸਬੱਬ ਬਣਦਿਆਂ देर ना लगी बृजेश 파ਟਿਆ ਦੀ ਮਿੱਤਰਤਾ ਕਾਰਨ ਮੈਂ ਐਸਕੇ ਪੰਨੂ ਨੂੰ 2-4 ਵਾਰੀ ਦਿੱਲੀ 'ਚ ਮਿਲ ਚੁੱਕਿਆ ਸੀ ਡਾਕਟਰ ਪੰਨੂ ਨੇ ਮੈਨੂੰ ਵਚਨ ਦਿੱਤਾ ਸੀ ਕਿ ਉਹਦਾ ਭਰਾ ਗੁਰਵਚਨ ਸਿੰਘ ਮੇਰੀ ਤੇ ਤਾਰਾ ਸਿੰਘ ਦੀ ਪਾਕਿਸਤਾਨ ਦੇ ਉਹ ਜੜੇ ਪਿੰਡਾਂ ਦੀ ਫੇਰੀ ਦਾ ਪ੍ਰਬੰਧ ਕਰਦਾ ਹੈਗਾ ਦੋ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਚਾਰ ਜਣੇ ਗੁਲਜ਼ਾਰ ਸੰਧੂ ਤਾਰਾ ਸਿੰਘ ਗੁਰਵਚਨ ਸਿੰਘ ਤੇ ਡਾਕਟਰ ਪੰਨੂ ਬਾਰਡਰ ਦੇ ਉਹ ਜੜੇ ਪਿੰਡਾਂ 'ਚ ਘੁੰਮੇ ਡਾਕਟਰ ਪੰਨੂ ਦੀ ਮਾਤਾ ਨੂੰ ਮਿਲਣ ਸੰਧੂ ਤੇ ਪੰਨੂ ਇਕੱਠੇ ਗਏ ਸਰਹੱਦੀ ਪਿੰਡਾਂ 'ਚ ਮੋਟਰਸਾਈਕਲ ਦੀ ਸਵਾਰੀ ਕਰਦੇ ਆਂ ਜੰਗ ਦਾ ਉਜਾੜਾ ਵੇਖਦੇ ਆਂ ਲੇਖਕ ਸੰਧੂ ਤੇ ਡਾਕਟਰ ਪੰਨੂ ਇੱਕ ਦੂਜੇ ਦੇ ਹੋ ਗਏ ਡਾਕਟਰ ਪੰਨੂ ਨੇ ਵਿਆਹ ਦੀਆਂ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਬੱਚਿਆਂ ਦੇ ਚੱਕਰ 'ਚ ਨਹੀਂ ਪੈਣਾ ਦੂਜੀ ਵਿਧਵਾ ਮਾਂ ਆਪਣੇ ਕੋਲ ਰੱਖਣੀ ਹੈ ਤੇ ਤੀਜੀ ਵਿਆਹ ਸਾਦਾ ਕਰਨਾ ਹੈ ਸੰਧੂ ਦੀ ਸ਼ਰਤ ਸੀ ਸਰਜੀਤ ਨੌਕਰੀ ਕਰੇ ਪਰ ਪ੍ਰੈਕਟਿਸ ਨਹੀਂ ਦੋਹਾਂ ਨੇ ਕਿਹਾ ਕਬੂਲ ਕਬੂਲ 11 ਮਾਰਚ 1968 ਨੂੰ ਸੰਧੂ ਜੋੜੇ ਦਾ ਵਿਆਹ ਹੋਇਆ 11 ਮਾਰਚ 1968 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ ਪੰਜਾਬੀ ਸੂਬੇ ਦੀ ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕ ਜੰਗ 'ਚ ਸਿੱਖ ਫੌਜੀਆਂ ਤੇ ਸਰਹੱਦ ਨੇੜਲੇ ਪੰਜਾਬੀਆਂ ਵੱਲੋਂ ਜੰਗ 'ਚ ਪਾਇਆ ਯੋਗਦਾਨ ਸੀ ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ ਸੰਧੂ ਦੇ ਲਿਖਣ ਮੁਜਬ ਸਾਨੂੰ 1968 ਤੋਂ surjit sk ਸੰਧੂ ਹੋ ਗਈ ਤੇ ਮੇਰੀ ਜੀਵਨ ਸਾਥਣ ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿੱਚ ਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚੱਲਦੇ ਰਹਿੰਦੇ ਹਨ ਲੜਾਈ ਹੁੰਦੀਆਂ ਵੀ ਦੇਰ ਨਹੀਂ ਲੱਗਦੀ ਤੇ ਜੰਗਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ ਇੱਕ ਦਿਨ ਮੈਂ ਪੁੱਛਿਆ ਬਈ ਕਦੇ ਕੁੱਟਕਟਾਪਾ ਵੀ ਹੋਇਆ ਹੈ ਕਿ ਗੱਲਾਂ ਬਾਤਾਂ ਨਾਲ ਹੀ ਸਰਦਾ ਗਿਆ ਜਵਾਬ ਚੁੱਹ-ਚੁੱਹ ਹੱਸਿਆ ਜੀ ਤੂੰ ਲੱਗਿਆ ਕਿ ਕੁੱਟ ਤੋਂ ਤਾਂ ਬਚ ਗਿਆ ਹੋ ਸਾਡਾ ਬਾਈ ਹੋ ਸਕਦਾ ਹੈ ਕਦੇ ਆਪਣੇ ਜੋਕੇ ਕਾਲਮ ਨਿੱਕ ਸੁੱਕ ਚੀ ਦੱਸੇ ਕਿ ਮਾਝੇ ਦੇ ਭਾਂਗਾਂ ਦੀ ਕੁੱਟ ਤੋਂ ਉਹ ਕਿਵੇਂ ਬਚਿਆ ਰਿਹਾ ਸੰਦੂ ਨਾਲ ਗੱਲ ਕਰੋ ਤਾਂ ਕਹਿ ਦਿੰਦਾ ਕਿ ਮੈਂ ਕੋਈ ਲੰਮਾ ਪੇਨ ਨਹੀਂ ਪਾ ਸਕਦਾ ਕਿਸੇ ਪਰਚੇ ਨੇ ਲੰਮੀ ਕਹਾਣੀ ਦਾ ਅੰਕ ਕੱਢਣਾ ਸੀ ਸੰਪਾਦਕ ਨੇ ਉਹਨੂੰ ਫਰਮਾਇਸ਼ ਪਾਤੀ ਗੁਲਜ਼ਾਰ ਨਾ ਨਾ ਕਰ ਸਕਿਆ ਲੰਮੀ ਕਹਾਣੀ ਲਿਖਤੀ ਗਮਲੇ ਦੀ ਵੇਲ ਇੱਕ ਗਰੇ ਇੱਕ ਗੁਰਵੇਲ ਪੰਨੂ ਤੇ ਮਿਸ ਗਰੇਵਾਲ ਦੀ ਕਹਾਣੀ ਸੀ ਚੰਗੀ ਜੋੜੀ ਸੀ ਉਹਨਾਂ ਦੀ ਡਾਕਟਰ ਸੁਰਜੀਤ ਕੌਰ ਨੇ ਕਹਾਣੀ ਪੜੀ ਪੜ ਕੇ ਉਸ ਨਤੀਜੇ ਤੇ ਪੁੱਜੀ ਕਿ ਜਿਹੜਾ ਬੰਦਾ ਇਹੋ ਜੀ ਕਹਾਣੀ ਲਿਖ ਸਕਦਾ ਹੈ ਉਹਦੇ ਨਾਲ ਵਿਆਹ ਵੀ ਕੀਤਾ ਜਾ ਸਕਦਾ ਹੈ ਇਹ ਕਹਾਣੀ ਗੁਲਜ਼ਾਰ ਤੇ ਸੁਰਜੀਤ ਨੂੰ ਤਾਂ ਫਲ ਗਈ ਪਰ ਗੁਰਵੇਲ ਤੇ ਗਰੇਵਾਲ ਨੂੰ ਰਾਸ ਨਾ ਆਈ ਕਹਾਣੀ ਛਪਣ ਤੋਂ ਛੇਤੀ ਪਿੱਛੋਂ ਉਹਨਾਂ ਦਾ ਤੋੜ ਵਿਛੋੜਾ ਹੋ ਗਿਆ ਗੁਲਜ਼ਾਰ ਸੰਧੂ ਨੇ ਲਿਖਿਆ ਮੇਰੇ ਵਿਚਾਰ ਅਨੁਸਾਰ ਮੇਰੇ ਮਿੱਤਰ ਦੀ ਪਤਨੀ ਗਮਲੇ ਦੀ ਉਹ ਸੁਵੇਲ ਮਾਤਰ ਸੀ ਜਿਹਦੀ ਆਪਣੀ ਔਲਾਦ ਨਾ ਹੋਣ ਕਾਰਨ ਉਹ ਘਰ ਚ ਪਹਿਲਾਂ ਤੋਂ ਰਹਿ ਰਹੀ ਦੋ ਜੀਵਾਂ ਦੀ ਜ਼ਮੀਨ ਚੁੱਗੀ ਸੀ ਉਹਦੇ ਲਈ ਇਹ ਜ਼ਮੀਨ ਗਮਲੇ ਮਾਫਕ ਸੀ ਜਿਹੜੀ ਕਾਫੀ ਨਹੀਂ ਸੀ ਉਹ ਵਡੇਰੀ ਧਰਤੀ 'ਚ ਵਿਕਸਣ ਲਈ ਗਮਲੇ ਦੀ ਮਿੱਟੀ ਨੂੰ ਅਲਵਿਦਾ ਕਹਿ ਕੇ ਤੁਰ ਗਈ ਪਹਿਲਾਂ ਪੈਲ ਗੁਰਵੇਲ ਪੰਨੂ ਤੇ ਗੁਲਜ਼ਾਰ ਸੰਧੂ ਦਿੱਲੀ ਚ ਦੋ ਜੱਟ ਕਹਾਣੀਕਾਰ ਹੀ ਸਨ ਗੁਲਜ਼ਾਰ ਲਈ ਗੁਰਵੇਲ ਜੱਟ ਦੀ ਥਾਂ ਸੱਸੀ ਵਾਲਾ ਪੰਨੂ ਸੀ ਤੇ ਦੋਹਾਂ ਦਾ ਮੇਲ-ਗਿਲ ਹੁੰਦਾ ਰਹਿੰਦਾ ਗੁਰਵੇਲ 1948 ਤੋਂ 55 ਤੱਕ ਬੰਬਈ ਰਿਹਾ ਸੀ ਉਹਨੇ 72 ਚ ਦਿੱਲੀ ਤੋਂ ਸੇਧ ਮੈਗਜ਼ੀਨ ਕੱਢਿਆ ਸੇਧ ਦਾ ਲੋਚਨਾ ਦਾ ਪਰਚਾ ਸੀ ਜਿਸ ਚ ਪ੍ਰੋਫੈਸਰ ਕਿਸ਼ਨ ਸਿੰਘ ਦੇ ਲੇਖ ਹੁਬਕੇ ਛਾਪੇ ਜਾਂਦੇ ਬਾਅਦ ਚੋ ਦਿੱਲੀ ਤੋਂ ਚੰਡੀਗੜ੍ਹ ਚਲਾ ਗਿਆ ਜਿੱਥੇ 1997 ਚ ਚੜ੍ਹਾਈ ਕਰ ਗਿਆ ਕਿਸੇ ਨੂੰ ਖਬਰ ਨਾ ਕੀਤੀ ਤੇ ਸਸਕਾਰ ਕਰ ਦਿੱਤਾ ਉਹ ساری ਉਮਰ ਗੁਲਜ਼ਾਰ ਸੰਧੂ ਨੂੰ ਠੱਗੀ ਨਾਲ ਪਾਸ ਹੋਣ ਵਾਲਾ ਕਹਿੰਦਾ ਰਿਹਾ ਨੌਕਰੀਆਂ ਲੈਣ ਵਿੱਚ ਵੀ ਠੱਗੀ ਇਹ ਸੀ ਕਿ ਸੰਧੂ ਮੋਟਰਸਾਈਕਲ ਚਲਾਉਣ ਦਾ ਟੈਸਟ ਦੇਣ ਵੇਲੇ ਫੇਲ ਹੋ ਚਲੇ ਸੀ ਪਰ ਗੁਰਵੇਲ ਪੰਨੂ ਨੇ ਠੱਗੀ ਮਰਵਾ ਕੇ ਪਾਸ ਕਰਾਤਾ ਸੀ ਜਿਸ ਨਾਲ ਉਹਦਾ ਡਰਾਈਵਿੰਗ ਲਾਇਸੈਂਸ ਬਣਿਆ ਉਹਦੇ ਨਾਲ ਸੰਧੂ ਅੱਜ ਤੱਕ ਸੜਕ ਸਵਾਰ ਹੈ 83 ਸਾਲ ਦੀ ਉਮਰ ਵਿੱਚ ਵੀ ਆਪਣੀ ਗੱਡੀ ਆਪ ਚਲਾਉਂਦਾ ਹੈ ਗੁਲਜ਼ਾਰ ਸੰਧੂ ਦਾ ਜਨਮ ਪਿੰਡ ਕੋਟਲਾ ਬਡਲਾ ਥਾਣਾ ਖੰਨਾ ਰਿਆਸਤ ਪਟਿਆਲਾ ਚ 22 ਮਾਰਚ 1934 ਨੂੰ ਨਾਨਕੇ ਘਰ ਚ ਹੋਇਆ ਪਰ ਸਕੂਲ ਦਾਖਲ ਹੋਣ ਵੇਲੇ ਰਜਿਸਟਰ ਚ ਜਨਮ ਮਿਤੀ 27 ਫਰਵਰੀ 1935 ਲਿਖੀ ਗਈ ਉਦੋਂ ਜ਼ਗੀਰਦਾਰੀ ਸਿਸਟਮ ਚੱਲਦਾ ਸੀ ਉਹਦਾ ਨਾਨਾ ਇੰਦਰ ਸਿੰਘ ਵੀ ਜ਼ਗੀਰਦਾਰ ਘਪੌਂਦਾ ਸੀ ਉਹਦੇ ਪਿਤਾ ਦਾ ਨਾਮ ਹਰੀ ਸਿੰਘ ਤੇ ਮਾਤਾ ਦਾ ਗੁਰਚਰਨ ਕੌਰ ਸੀ ਗੁਲਜ਼ਾਰ ਉਹਨਾਂ ਦਾ ਪਲੇਠਾ ਪੁੱਤ ਸੀ ਹਰੀ ਸਿੰਘ ਦਾ ਜਨਮ 1906 ਦਾ ਸੀ ਵਨ ਪਰ ਹੋਣ ਦੇ ਬਾਵਜੂਦ ਦਸਖਤ ਕਰਨੇ ਜਾਣਦਾ ਸੀ ਮਾਂ ਗੁਰਚਰਨ ਕੌਰ ਗੁਰੂ ਗ੍ਰੰਥ ਸਾਹਿਬ ਦੀ ਪਾਠਣ ਸੀ ਨਾ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਗਿਆ ਤਾਂ ਗੱਗਾ ਨਿਕਲਿਆ ਗਿਆ ਗੱਗੇ ਤੋਂ ਉਹਦਾ ਨਾਂ ਗੁਲਜ਼ਾਰਾ ਰੱਖ ਸਿੰਘ ਰੱਖਿਆ ਗਿਆ ਉਹਦਾ ਇੱਕ ਮਾਮਾ ਉਹ ਤੋਂ ਕੁਝ ਦਿਨ ਪਹਿਲਾਂ ਜੰਮਿਆ ਸੀ ਉਹਦਾ ਨਾਂ ਸਸੇ ਤੋਂ ਸਵਰਨ ਸਿੰਘ ਰੱਖਿਆ ਗਿਆ ਹਾਣੋ ਹਾਣੀ ਮਾਮਾ ਭਣਜਾ ਸਵਰਨ ਤੇ ਗੁਲਜ਼ਾਰਾ ਆਪਣੀ ਉਮਰ ਦੇ ਪਹਿਲੇ 14 ਸਾਲ ਇਕੱਠੇ ਰਹੇ ਇਕੱਠੇ ਪੜੇ ਗੁਲਜ਼ਾਰੇ ਦਾ ਨਾਂ ਕੋਟਲੇ 'ਚ ਪਹਿਲਾਂ ਬਲਬੀਰ ਤੇ ਫਿਰ ਬੱਲਾ ਪੱਕ ਗਿਆ ਸਵਰਨ ਦਾ ਸਰਨਾ ਬਣ ਗਿਆ ਦੋਹ ਨੂੰ ਸਰਨਾ ਬੱਲਾ ਕਹਿ ਕੇ ਬੁਲਾਇਆ ਜਾਂਦਾ ਸਰਨਾ ਤੇ ਬੱਲਾ ਇਕੋ ਥਾਲੀ ਚ ਖਾਣਾ ਖਾਂਦੇ ਇਕੋ ਥਾਂ ਦੇ ਕੱਪੜੇ ਪਾਉਂਦੇ ਇਕੋ ਮੰਜੀ ਸੌਂਦੇ ਮਾਮਾ ਭਣਜਾ ਇਕੋ ਮੰਜੀ ਤੇ ਪਈ ਹੁੰਦੇ ਤਾਂ ਬਿਜਲੀ ਡਿੱਗਣ ਦਾ ਭਰਮ ਹੁੰਦਾ ਪਰ ਡਿੱਗੀ ਕਦੇ ਨਾ ਕੋਟਲੇ ਬੱਲੇ ਵਾਲੇ ਗੁਲਜ਼ਾਰ ਸੰਧੂ ਨੂੰ ਅਜੇ ਵੀ ਬਲਬੀਰ ਜਾਂ ਬੱਲਾ ਨਾਂ ਨਾਲ ਹੀ ਜਾਣਦੇ ਹਨ ਉਦੋਂ ਪਿੰਡ ਦਾ ਇੱਕ ਪਾਸਾ ਟੱਕ ਤੇ ਦੂਜਾ ਚੱਕ ਕੇ ਆ ਜਾਂਦਾ ਸੀ ਉਹਦੇ ਨਾਨੇ ਨੂੰ ਚੁਬਾਰੇ ਚੜ੍ਹ ਕੇ ਬੈਂਤ ਦੋਹੇ ਤੇ ਕਵਿਤ ਗਾਉਣ ਦਾ ਸ਼ੌਕ ਸੀ ਉੱਚੀ ਏਕਲਾ ਕੇ ਗਾਉਂਦਾ ਉੱਚੇ ਖੜ ਕੇ ਗੁਰਾਂ ਨੇ ਤੀਰ ਮਾਰਿਆ ਧਰਤੀ ਨੂੰ ਭਾਗ ਲੱਗ ਗਏ ਸੰਧੂ ਆਪਣੀ ਸਵੈ ਜੀਵਨੀ ਚ ਲਿਖਦਾ ਮੇਰੇ ਲਈ ਗੁਰਾਂ ਦਾ ਭਾਵ ਗੁਰੂ ਗੋਬਿੰਦ ਸਿੰਘ ਸੀ ਜਦੋਂ ਮੈਂ ਗੁਰਾਂ ਨੂੰ ਉੱਚੀ ਥਾਂ ਖਲੋ ਕੇ ਤੀਰ ਮਾਰਨ ਲਈ ਕਮਾਨ ਖਿੱਚਦੇ ਵੇਖਣਾ ਹੁੰਦਾ ਤਾਂ ਮੇਰੀ ਅੱਖਾਂ ਅੱਗੇ ਗਵਾਂਢੀ ਕਰਦਾ ਕੋਲਾ ਆ ਜਾਂਦਾ ਜਿਹੜਾ ਨਾਨਕੇ ਘਰ ਦੀ ਛੱਤ ਨਾਲੋਂ ਵੀ ਉੱਚਾ ਸੀ ਜਦੋਂ ਮੇਰੇ ਚਿਤਵੰਚ ਗੁਰੂ ਜੀ ਕਮਾਨ ਚ ਤੀਰ ਪਾ ਕੇ ਖਿੱਚ ਰਿਹਾ ਹੁੰਦੇ ਤਾਂ ਮਨ ਆਨੰਦ ਨਾਲ ਭਰ ਜਾਂਦਾ ਉਹਨਾਂ ਦਾ ਖਿੱਚਿਆ ਤੀਰ ਧਰਤੀ 'ਚ ਜਾਖੂਬ ਦਾ ਤਾਂ ਮੂੰਗਫਲੀ ਦੇ ਖੇਤਾਂ ਵਿੱਚੋਂ ਹਿਰਨਾਂ ਦੀਆਂ ਡਾਰਾਂ ਚੁੰਗੀਆਂ ਭਰਦੀ ਨੇੜਲੀ ਚਰਾੰਦ ਵਿੱਚ ਲੋਪ ਹੋ ਜਾਂਦੀ ਹੈ ਗੁਰਾਂ ਦੇ ਤੀਰ ਨਾਲ ਘਾਹ ਪੱਤੀਆਂ ਤੇ ਮੂੰਗਫਲੀ ਦੇ ਪੌਦੇ ਬਾਗੋ-ਬਾਗ ਹੋ ਕੇ ਨੱਚਣ ਲੱਗ ਜਾਂਦੇ ਸੱਚ ਹੀ ਉਸ ਧਰਤੀ ਦੇ ਬਾਦ ਜਾਗ ਪੈਂਦੇ ਗੁਲਜ਼ਾਰ ਦੀ ਇੱਕ ਮਾਸੀ ਬਾਹੂ ਮਾਜਰੇ ਵਿਆਹੀ ਸੀ ਉਹਦੇ ਕੋਈ ਬਾਲ ਬੱਚਾ ਨਹੀਂ ਸੀ ਸਰਨਾ ਤੇ ਬੱਲਾ ਪਹਿਲਾਂ ਪੜੀ ਦੇ ਸਕੂਲ 'ਚ ਪੜਨ ਲੱਗੇ ਸੀ ਮਗਰ ਉਹਨਾਂ ਨਿਤ ਦੀ ਬਾਟ ਤੋਂ ਛੁਟਕਾਰਾ ਪਾ ਕੇ ਪ੍ਰਾਇਮਰੀ ਸਕੂਲ ਬਾਹੂ ਮਾਜਰੇ ਚਲੇ ਗਏ ਉਥੋਂ ਖੰਨੇਦਾਰੀਆ ਹਾਈ ਸਕੂਲ ਵੀ ਨੇੜੇ ਹੀ ਸੀ ਮਾਸੀ ਗੁਰਦੇਵ ਕੋਲ ਰਹਿ ਗਈ ਉਹਨਾਂ ਨੇ 8 ਜਮਾਤਾਂ ਪਾਸ ਕੀਤੀਆਂ ਮਾਸੀ ਦੇ ਘਰ ਪੱਠੇ ਲਿਆਉਣੇ ਟੋਕਾ ਕਰਨਾ ਸਰਨੀਆਂ ਰਲਾਉਣੀਆਂ ਧਾਰਾਂ ਚੋੜੀਆਂ ਹਾਰੇ ਚਪਾਤੀਆਂ ਧਰਨੀਆਂ ਕਾੜਨੀ ਚੋ ਦੁੱਧ ਪੀਣਾ ਕੰਧਾਂ ਦੀ ਲਪਾਈ ਕਰਨੀ ਗੱਲ ਕੀਤੀ ਪੜਾਈ ਦੇ ਨਾਲ ਸਾਰੇ ਕੰਮ ਕੀਤੇ ਮਾਸੀ ਦੇ ਸੰਦੂਕ ਵਿੱਚਲੇ ਕਿਸੇ ਵੀ ਪੜੇ ਖੰਨੇ ਸਕੂਲ ਪੜਨ ਜਾਂਦਿਆਂ ਹਲਵਾਈਆਂ ਨੂੰ ਡੋਲਚੇ ਚ ਦੁੱਧ ਪਾ ਕੇ ਲੈ ਜਾਣਾ ਦੇ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ 'ਚ ਅੰਗਰੇਜ਼ੀ ਤੇ ਉਰਦੂ ਦੋ ਜ਼ਬਾਨਾਂ 'ਈ ਪੜ੍ਹਾਇਆਂ ਜਾਂਦੀਆਂ ਸੀ ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ ਪੰਜਾਬ 'ਚ ਪੰਜਾਬੀ ਦੀ ਵਕਾਇਦਾ ਪੜ੍ਹਾਈ ਦੇਸ਼ ਆਜ਼ਾਦ ਹੋਣ ਪਿੱਛੋਂ ਸ਼ੁਰੂ ਹੋਈ ਜਿਨੇ ਉਰਦੂ ਦੀ ਥਾਂ ਲਈ 13 ਸਾਲ ਮਾਲਵੇ ਵਿੱਚ ਗੁਜ਼ਾਰ ਕੇ 14ਵੇਂ ਸਾਲ ਦੀ ਉਮਰ ਵਿੱਚ ਗੁਲਜ਼ਾਰ ਆਪਣੇ ਪਿੰਡ ਸੂਨੀ ਆ ਗਿਆ ਤੇ ਖਾਲਸਾ ਹਾਈ ਸਕੂਲ ਮਾਇਲਪੁਰ ਵਿੱਚ ਪੜਨ ਲੱਗਾ 9ਵੀਂ ਚੋਦੇ ਨਾਂ ਨਾਲੋਂ ਬਲਬੀਰ ਤੇ ਬੱਲਾ ਲੱਥ ਗਏ ਤੇ ਰਜਿਸਟਰ 'ਚ ਅਸਲੀ ਨਾਂ ਗੁਲਜ਼ਾਰਾ ਸਿੰਘ ਚੜ ਗਿਆ ਉਹਦਾ ਜੱਦੀ ਪਿੰਡ ਸੋਨੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਇਲਪੁਰ ਕੋਲ ਹੈ। ਉਹਦੇ ਬਾਪੂ ਜੀ ਊਠ ਵਾਉਂਦੇ ਸੀ। ਸੋਨੀ ਵਿੱਚ 30 ਊਠ ਸਨ। ਊਠਾਂ ਉੱਤੇ ਮੈਦਾਨ ਦੀ ਉਪਜ ਉਹ ਪਹਾੜਾਂ ਨੂੰ ਲੈ ਜਾਂਦੇ ਤੇ ਉੱਥੋਂ ਦੀ ਉਪਜ ਥੱਲੇ ਲੈ ਆਉਂਦੇ। ਕਦੀ ਪਹਾੜਾ ਘੋਂਦੇ, ਕਦੀ ਵਣਜ ਕਰਦੇ। ਬਾਹੂ ਮਾਜਰਾ ਖੰਨੇ ਤੋਂ ਕੇਵਲ 4 ਕਿਲੋਮੀਟਰ ਦੂਰ ਸੀ ਤੇ ਸੋਨੀ ਨੇੜਲਾ ਹਾਈ ਸਕੂਲ ਮਾਇਲਪੁਰ 10-11 ਕਿਲੋਮੀਟਰ ਦੂਰ। ਤੇ ਜਦੋਂ ਸਾਈਕਲ ਚਲਾਉਣ ਜੋਗਾ ਹੋ ਗਿਆ ਤਾਂ ਮਾਇਲਪੁਰ ਪੜਨ ਆ ਲੱਗਾ। ਪਿੰਡ ਸੂਨੀ ਤੋਂ ਮਾਲਪੁਰ ਜਾਣ ਲਈ ਮਜਾਰਾ ਡਿੰਗਰੀਆਂ ਚੰਸੂ ਲੰਗੇਰੀ ਲੰਘਣੇ ਪੈਂਦੇ ਸੀ ਸੰਦੂ 6 ਸਾਲ ਇਹਨਾਂ ਪਿੰਡਾਂ ਚੋਂ ਲੰਘਿਆ ਪਹਿਲਾਂ ਸੂਨੀ ਦੀ ਬਈ ਫਿਰ ਮਜਾਰਾ ਡਿੰਗਰੀਆਂ ਤੇ ਮਾਲਪੁਰ ਦੇ ਚੋ ਆਉਂਦੇ ਮਾਲਪੁਰ ਤੋਂ ਬੀਏ ਪਾਸ ਕਰਕੇ ਨੌਕਰੀ ਦੀ ਭਾਲ ਵਿੱਚ ਦਿੱਲੀ ਚਲਾ ਗਿਆ ਉਹਦੇ ਬਚਪਨ ਤੋਂ ਕਿਸ਼ੋਰ ਅਵਸਥਾ ਦਾ ਸਮਾ ਵਧੇਰੇ ਕਰਕੇ ਕੋਟਲਾ ਬਡਲਾ ਤੇ ਬਾਹੂ ਮਾਜਰਾ ਚ ਬੀਤੇ ਆਦੋਂ ਛੁੱਟੀਆਂ ਚ ਹੀ ਆਪਣੇ ਪਿੰਡ ਸੋਨੀ ਜਾਂਦਾ ਸੀ ਸੰਧੂ ਲਿਖਦਾ ਮੈਂ ਮਿਰਗਾਂ ਤੇ ਮੋਰਾਂ ਦੀ ਦੁਨੀਆ 'ਚ ਵੱਡਾ ਹੋਇਆ ਮੇਰਾ ਨਾਨਕਾ ਪਿੰਡ ਕੋਟਲਾ ਬਟਲਾ ਇਹੋ ਜੀ ਥਾਂ ਸਥਿਤ ਹੈ ਜਿੱਥੇ ਦਿਨ ਚੜਦੇ ਸਾਰ ਮਿਰਗਾਂ ਦੀਆਂ ਡਾਰਾਂ ਮੂੰਗਫਲੀ ਦੇ ਖੇਤਾਂ 'ਚ ਚੁੰਗੀਆਂ ਭਰਦੀਆਂ ਇੱਕ ਪਾਸੇ ਤੋਂ ਆਉਂਦੀਆਂ ਦੂਜੇ ਪਾਸੇ ਨੂੰ ਜਾਂਦੀਆਂ ਆਮ ਦੇਖੀਆਂ ਜਾ ਸਕਦੀਆਂ ਮੈਂ ਬਚਪਨ 'ਚ ਇੱਕ ਰੋਗੀ ਮਿਰਗ ਨੂੰ ਤੜਪ ਤੜਪ ਕੇ ਜਾਨ ਦਿੰਦੇ ਵੀ ਵੇਖਿਆ ਤੇ ਇਸ ਮਰ ਰਹੇ ਮਿਰਗ ਦੀਆਂ ਅੱਖਾਂ ਦੀ ਮਨਮੋਣੀ ਸੁੰਦਰਤਾ ਨੂੰ ਵੀ ਮੇਰੇ ਲਈ ਲੋਕ ਬੋਲੀਆਂ 'ਚ ਦਰਸਾਈ ਇਸ ਦੁਨੀਆ ਦੀ ਵਿਨਾਸ਼ਕਾਰੀ ਵੀਤੂ ਪੌਂਦੀ ਐ ਹੀਰਿਆ ਹਰਨਾ ਬਾਗੀਆਂ ਚਰਨਾ ਤੇਰੇ ਸਿੰਘਾਂ ਤੇ ਕੀ ਕੁਝ ਲਿਖਿਆ ਮਿਰਗ ਤੇ ਮਿਰਗਾਈਆਂ ਪਹਿਲਾਂ ਟੱਪਦਾ ਸੀ ਨੌ ਨੌ ਕੋਠੀ ਹੁ ਨੀ ਟਪਿੰਦੀਆਂ ਖਾਈਆਂ ਖਾਈ ਟੱਪਦੇ ਦੇ ਲੱਗਿਆ ਕੰਡਾ ਦੇਵੇ ਰਾਮ ਦੁਹਾਈਆਂ ਮਾਸ ਮਾਸ ਤੇਰਾ ਕੁੱਤਿਆਂ ਨੇ ਖਾਦਾ ਹੱਡੀਆਂ ਰੇਤ ਰਲਾਈਆਂ ਸੰਧੂ ਦੇ ਦਾਦਕੇ ਪਿੰਡ ਰੀਤ ਨਹੀਂ ਸੀ ਤੇ ਮਿਰਗ ਵੀ ਨਹੀਂ ਪਰ ਮੋਰ ਬਹੁਤ ਸੀ ਵਾਏ ਹੋਏ ਖੇਤਾਂ ਤੇ ਪਿੰਡ ਦੇ ਬੋੜਾਂ ਤੇ ਪਪਲਾਂ ਤੇ ਆਮ ਹੀ ਵੇਖੇ ਜਾ ਸਕਦੇ ਸੀ ਉਹਨੂੰ ਮੋਰਾਂ ਦੇ ਖੰਭਾ ਨਾਲ ਮੋਹ ਰਿਆ ਜਦ ਕਿਸੇ ਨੱਚਦੇ ਮੋਰ ਦਾ ਖੰਭ ਡਿੱਗਦਾ ਤਾਂ ਦੌੜ ਕੇ ਚੁੱਕਦਾ ਤੇ ਸਾਹਮਣੇ ਰੱਖਦਾ ਉਹਨੇ ਲਿਖਿਆ ਮੈਂ ਮ੍ਰਿਗ ਮੀਨ ਪੰਖੇਰੂ ਦੇ ਸੱਚ ਨੂੰ ਮੰਨਦਾ ਇਹ ਤਿੰਨੋਂ ਜਾਨਦਾਰ ਹਨ ਜੇ ਕੋਈ ਰੱਬ ਹੈ ਤੇ ਇਹਨਾਂ ਵਿੱਚ ਹੀ ਵਸਦਾ ਹੈ ਮੈਨੂੰ ਮੋਰਾਂ ਹਿਰਨਾ ਤੇ ਮੱਛੀਆਂ ਦੇ ਮੋਹ ਨੇ ਵਡਿਆ ਕੀਤਾ ਇਹਨਾਂ ਦੇ ਬੋਲ ਹੀ ਮੇਰੇ ਲਈ ਰੱਬ ਦੇ ਬੋਲ ਹਨ ਮੇਰੀ ਰਚਨਕਾਰੀ ਦਾ ਭੇਦ ਵੀ ਇਹਨਾਂ ਬੋਲਾਂ ਵਿੱਚ ਹੀ ਹੈ ਉਰਦੂ ਦਾ ਮਸ਼ਹੂਰ ਅਫਸਾਨਾ ਨਿਗਾਰ ਸਾਦਤ ਮੰਟੋਵੀ ਸੰਧੂ ਦੇ ਜਨਮ ਸਥਾਨ ਕੋਟਲਾ ਨੇੜਲੇ ਪਿੰਡ ਪਪੜੌਦੀ ਦਾ ਜੰਪਲ ਸੀ ਤਹਿਸੀਲ ਸਮਰਾਲੇ ਦੇ ਪਿੰਡ ਨੇੜੂ ਨੇੜ ਹਨ ਸੰਧੂ ਨੇ ਮੰਟੋ ਨੂੰ ਨਿੱਕੀ ਕਹਾਣੀ ਦਾ ਵੱਡਾ ਰੱਬ ਕਹਿੰਦੇ ਆ ਲਿਖਿਆ ਮੇਰੀ ਜਾਚੇ ਮੰਟੋ ਦਾ ਸਾਰਾ ਜੀਵਨ ਹਿਰਨਾ ਤੇ ਹਿਰਨੀਆਂ ਵਾਲਾ ਸੀ ਮੇਰਾ ਨਾਨਕਾ ਪਿੰਡ ਮੰਟੋ ਦੇ ਜਨਮ ਸਥਾਨ ਪਪੜੌਦੀ ਤੋਂ 8 ਮੀਲ ਹੈ ਮੈਂ ਆਪਣੇ ਬਚਪਨ ਚ ਸਮਰਾਲੇ ਦੇ ਆਲੇ ਦੁਆਲੇ ਹਿਰਨਾ ਦੀਆਂ ਡਾਰਾਂ ਨੂੰ ਚਰਾਉਂਦਾ ਵਿੱਚੋਂ ਲੰਘ ਕੇ ਮੂੰਗਫਲੀ ਦੇ ਖੇਤਾਂ ਚ ਚੁੰਗੀਆਂ ਭਰਦੇ ਤੱਕਿਆ ਮੇਰਾ ਨਾਨਾ ਕਹਿੰਦਾ ਸੀ ਕਿ ਇਹ ਜਾਨਵਰ ਕਸਤੂਰੀ ਦੀ ਭਾਲ ਚ ਪਟਕਣ ਦਾ ਆਦੀ ਹੈ ਹਾਲਾਂਕਿ ਕਸਤੂਰੀ ਇਹਦੀ ਨਾਭੀ ਜੀ ਹੁੰਦੀ ਹੈ ਕਈ ਵਾਰ ਮੈਂ ਸੋਚਦਾ ਕਿ ਹਿਰਨ ਤੇ ਹਿਰਨੀਆਂ ਆਪਣੀ ਕਸਤੂਰੀ ਆਪਣੇ ਨਾਲ ਹੀ ਲੈ ਕੇ ਤੁਰ ਜਾਂਦੇ ਹਨ ਪਰ ਮੰਟੋ ਦੀ ਕਸਤੂਰੀ ਅੱਜ ਵੀ ਉਹਦੀਆਂ ਰਚਨਾਵਾਂ ਦੇ ਰੂਪ ਚ ਸਾਡੇ ਕੋਲ ਹੈ ਬਿਲਕੁਲ ਠੀਕ ਫਰਮਾਇਆ ਸੰਧੂ ਨੇ ਮੰਟੋ ਦੀ ਕਸਤੂਰੀ ਹੀ ਸਾਡੇ ਕੋਲ ਨਹੀਂ ਗੁਲਜ਼ਾਰ ਸੰਧੂ ਦੀ ਕਸਤੂਰੀ ਵੀ ਸਾਡੇ ਕੋਲ ਰਹੇਗੀ ਹੁਣ ਵੀ ਸੰਧੂ ਜਦੋਂ ਲੁਧਿਆਣਾ ਸਮਰਾਲਾ ਮਾਰਗ ਤੇ ਨੀਲੋਂ ਦਾ ਪੁਲ ਲੰਘਣ ਲੱਗੇ ਤਾਂ ਪੁਲ ਤੇ ਰੁਕ ਜਾਂਦਾ ਹੈ ਲਿਖਦਾ ਸਰਕਾਰ ਨੇ ਲੰਘਣ ਵਾਲਿਆਂ ਦੇ ਦੇਖਣ ਲਈ ਨੀਲੋ ਦੇ ਪੁਲ ਕੋਲ ਡੇਢ ਕ ਦਰਜਨ ਹਿਰਨ ਪਾਲੇ ਹੋਏ ਨੇ ਮੈਨੂੰ ਉਹਨਾਂ ਦੀਆਂ ਅੱਖਾਂ 'ਚ ਸਦਾ ਬੁਜੀ ਹੋਈ ਰੌਸ਼ਨੀ ਨਜ਼ਰ ਆਈ ਏ ਇਹ ਉਹ ਵਾਲੇ ਹਿਰਨ ਨਹੀਂ ਜੋ ਆਪਣੇ ਬਚਪਨ 'ਚ ੱੱਕੇ ਸਨ ਪਪੜੌਦੀ ਦੀ ਮੇਰੀ ਸੱਜਰੀ ਫੇਰੀ ਨੇ ਇਸ 'ਤੇ ਮੋਹਰ ਲਾ ਦਿੱਤੀ ਹੈ ਮੈਂ ਮੰਟੋ ਯਾਦਗਾਰੀ ਲਾਇਬ੍ਰੇਰੀ ਦਾ ਨਵਾਂ ਕਮਰਾ ਵੇਖਣ ਗਿਆ ਜਿਹੜਾ ਪਪੜੌਦੀ ਦੀ ಗ್ರಾಮ ਪੰਚਾਇਤ ਨੇ ਰਾਜ ਸਭਾ ਮੈਂਬਰ ਵੱਲੋਂ ਮਿਲੀ ਮਾਈਕ ਸਹਿਤਾ ਨਾਲ ਬਣਵਾਇਆ ਉਹਦੇ ਨਹੀਂ ਪੱਥਰ 'ਤੇ ਸਾਦਤ ਹਸਨ ਮੰਟੋ ਦਾ ਨਾਂ ਹਸਨ ਲਾਲ ਮੰਟੋ ਲਿਖਿਆ ਹੋਇਆ ਹੈ ਮੇਰੇ ਲਈ ਇਹ ਤਖਤੀ ਹਿਰਨ ਪਾਰਕ ਦੇ ਜਾਨਵਰਾਂ ਦੀਆਂ ਅੱਖਾਂ ਵਿੱਚ ਲਿਬੂਜੀ ਹੋਈ ਰੋਸ਼ਨੀ ਨਾਲੋਂ ਵੀ ਦੁਖਦਾਈ ਸੀ ਮੈਨੂੰ ਜੱਬਦਾ ਜੇ ਮੰਟੋ ਇਧਰ ਵਾਲੇ ਪੰਜਾਬ 'ਚ ਹੀ ਰਹਿ ਕੇ ਲੰਮੀ ਉਮਰ ਭੋਗਦਾ ਤਾਂ ਸ਼ਾਇਦ ਮੇਰੀ ਤੇ ਉਹਦੀ ਮਿਲਣੀ ਵੀ ਹੋ ਜਾਂਦੀ ਜੇ ਹੁੰਦੀ ਤਾਂ ਬਜ਼ੁਰਗ ਮੰਟੋ ਦੀਆਂ ਅੱਖਾਂ ਵਿੱਚ ਵੀ ਮੈਨੂੰ ਉਹੀ 부ਜੀ ਹੋਈ ਚਮਕ ਦਿਖਾਈ ਦੇਣੀ ਸੀ ਜਿਹੜੀ ਨੀਲੋਂ 'ਚ ਕੈਦ ਕੀਤੇ ਹਿਰਨਾ 'ਚ ਦੇਖਣ ਨੂੰ ਮਿਲਦੀ ਹੈ ਇੱਥੇ ਇਹ ਦੱਸਣਾ ਵਾਜਬ ਹੈ ਕਿ ਮੰਟੋ 12 ਮਈ 1912 ਨੂੰ ਪੈਦਾ ਹੋਇਆ ਸੀ 42 ਸਾਲ 8 ਮਹੀਨੇ 7 ਦਿਨ ਜੀਕੇ 18 ਜਨਵਰੀ 1955 ਨੂੰ ਫੌਤ ਹੋ ਗਿਆ ਸੀ। ਸੰਧੂ ਨੇ ਉਡਾੜਾ ਅੱਖਰ ਲਿਖਣੇ ਆਪਣੀ ਨਾਨੀ ਤੋਂ ਸਿੱਖੇ ਜੋ ਨਾਮਧਾਰੀਆਂ ਦੇ ਪ੍ਰਭਾਵ ਹੇਠ ਗੁਰਮੁਖੀ ਪੜ੍ਹੀ ਸੀ। ਅੱਖਰ ਸਿਖਾਉਣ ਲਈ ਖੇਤ 'ਚੋਂ ਰੇਤ ਮੰਗਵਾ ਕੇ ਛਾਣੀ ਗਈ ਸੀ। ਛਾਣ ਕੇ ਬੈਠਕ ਦੇ ਲਿਪੇ ਹੋ ਲਿਪੇ ਪੋਚੇ ਫਰਸ਼ ਤੇ ਵਿਛਾਈ ਗਈ ਸੀ। ਨਾਨੀ ਨੇ ਦੋਤੇ ਦੀਆਂ ਉਂਗਲ ਦੋਤੇ ਦੀ ਉਂਗਲ ਆਪਣੀਆਂ ਦੋ ਉਂਗਲਾਂ 'ਚ ਫੜ ਕੇ ਉਡਾ ਪਵਾਇਆ। ਉਹੀ ਊੜਾ ਗੁਲਜ਼ਾਰ ਲਈ ਰੱਬ ਬਣਿਆ ਆ ਰਿਹਾ ਉਹ ਨੰਗੇ ਪੈਰੀ ਸਕੂਲ ਜਾਂਦਾ ਰਿਹਾ ਕਿਉਂਕਿ ਚੰਮ ਦੇ ਮੋਜੇ ਚੁੱਪ ਦੇ ਸੰਤ ਤੇ ਨੱਠਣ ਭੱਜਨ ਚ ਰੋਕ ਪਾਉਂਦੇ ਸਨ ਜੇ ਨੱਚਣ ਕੁਦੜ ਨਾ ਹੋਵੇ ਤਾਂ ਸਕੂਲ ਜਾਣ ਦਾ ਸਵਾਦ ਮਾਰਿਆ ਜਾਂਦਾ ਸੀ ਨਾਲੇ ਜੁੱਤੀ ਵਾਲੇ ਦੀ ਜੁੱਤੀ ਚੋਰੀ ਹੋ ਸਕਦੀ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਦੂਜੇ ਤੋਂ ਤੀਜੇ ਪਿੰਡ ਉਦੋਂ ਜੁੱਤੀ ਚੋਰੀ ਹੁੰਦੀ ਸੀ ਅੱਜਕੱਲ ਮੁੰਡੇ ਚੋਰੀ ਹੁੰਦੇ ਨੇ ਅਜਿਹੀ ਗੱਲ ਸੁਣਾ ਕੇ ਸੰਦੂ ਹੱਸਦਾ ਕਹਿੰਦਾ ਸੋ ਨੰਗੇ ਪੈਰਾਂ ਦੇ ਸੋਖੀ ਸੋਖਾਂ ਪੈਰ ਗਰਮੀ ਦੀ ਤਪਸ਼ ਤੇ ਛਿਆਲੇ ਦੀ ਠੰਡ ਬਰਦਾਸ਼ਤ ਕਰਨੀ ਸਿੱਖ ਜਾਂਦੇ ਆ। ਗੁਲਜ਼ਾਰ ਸੰਧੂ ਨੂੰ ਬਚਪਨ ਚ ਕਿਸੇ ਪੜਨ ਦਾ ਸ਼ੌਕ ਸੀ। ਰੂਪ ਬਸੰਤ, ਜਾਨੀ ਚੋਰ, ਜ਼ਿੰਦਗੀ ਬਿਲਾਸ, ਸ਼ਾਮੋਨਾਰ ਤੇ ਜਿਉਣਾ ਮੋੜ ਤੋਂ ਲੈ ਕੇ ਬਾਬਾ ਬੀਦੀ ਚੰਦ ਦੇ ਘੋੜੇ ਤੇ ਬਾਬਾ ਬੰਦਾ ਬਹਾਦਰ ਤੱਕ ਸਾਰੇ ਕਿਸੇ ਉਹਨੇ ਕੋਟਲਾ ਬਾੜਲਾ ਤੇ ਬਹੁਮਾਜਰਾ ਰਹਿੰਦੇ ਆ। ਪੜ ਛੱਡੇ ਸਨ। ਕਿਸੇ ਉਹ ਚੋਰੀ ਵੀ ਕਰ ਲੈਂਦਾ ਸੀ ਤੇ ਪੜਦਾ ਵੀ ਕਰ ਦਿਆ ਤੋਂ ਚੋਰੀ ਸੀ। ਇੱਕ ਵਾਰ ਚੋਰੀ ਕਰਦਾ ਫੜਿਆ ਗਿਆ ਜਿਸ ਕਰਕੇ ਕੰਨਾ ਨੂੰ ਹੱਥ ਲਾ ਕੇ ਮਾਫੀ ਮੰਗਣੀ ਪਈ ਰਚਨਾਵਾਂ ਰਚਨ ਸਮੇ ਉਹੀ ਕਿਸੇ ਉਹਦੇ ਅੰਦਰੋਂ ਬੋਲਦੇ ਆ ਰਹੇ ਹਨ ਜੋ ਕਈ ਵਾਰ ਹੱਸਦੇ ਹਸਾਉਂਦੇ ਵੀ ਹਨ ਉਹਦੇ ਹਾਸੇ ਤੋਂ ਜਾਂਪਦਾ ਜਵੇਂ ਧਰਮਰਾਜ ਨੇ ਉਹਨੂੰ ਕਿਸੇ ਚੋਰੀ ਕਰਨ ਤੋਂ ਬਖਸ਼ ਦਿੱਤਾ ਹੋਵੇ ਧੰਨਵਾਦ ਚਲਦਾ